ਇਹ ਵੀਡੀਓ 'ਚ ਆਪਾਂ ਆਟੋ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਖਬਰਾਂ ਦੋ ਚਾਰ ਬੜੀਆਂ ਖਾਸ ਨੇ ਸਭ ਤੋਂ ਤਗੜੀ ਗੱਲਬਾਤ ਆ ਕਿ ਦੋਸਤੋ ਇੰਡੀਆ ਦੇ ਵਿੱਚ ਕਾਰ ਕੰਪਨੀਆਂ ਔਰ ਕਾਰ ਡੀਲਰ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਪੈ ਗਏ ਆ ਉਹਦਾ ਕਾਰਨ ਕੀ ਹੈ ਕਿ ਮੈਂ ਹਫਤਾ ਦੋ ਹਫਤੇ ਤੁਹਾਨੂੰ ਪਹਿਲਾਂ ਦੱਸਿਆ ਹੀਗਾ ਕਿ ਤਕਰੀਬਨ 6 ਲੱਖ ਕਾਰਾਂ ਸਟਾਕ ਦੇ ਵਿੱਚ ਖੜੀਆਂ ਨੇ ਗੋਦਾਮਾਂ ਦੇ ਵਿੱਚ ਖੜੀਆਂ ਨੇ ਜਿਨ੍ਹਾਂ ਨੂੰ ਕੋਈ ਵੀ ਖਰੀਦ ਨਹੀਂ ਰਿਹਾ ਕੰਪਨੀਆਂ ਵਧਾਈ ਜਾ ਰਹੀਆਂ ਪ੍ਰੋਡਕਸ਼ਨ ਘਟ ਨਹੀਂ ਰਹੀ ਪਰ ਕਾਰਾਂ ਖੜੀ ਜਾ ਰਹੀਆਂ ਨੇ ਸੇਲ ਬਹੁਤ ਜ਼ਿਆਦਾ ਘਟ ਗਈ ਆ ਹੁਣ ਲੇਟੈਸਟ ਅਪਡੇਟ ਕੀ ਆਇਆ 7 ਲੱਖ ਕਾਰਾਂ ਜਿਹੜੀਆਂ ਸਟਾਕ ਦੇ ਵਿੱਚ ਖੜਗੀਆਂ ਨੇ ਤੇ ਇਹਦੀ ਜਿਹੜੀ ਅਮਾਉਂਟ ਬਣਦੀ ਆ 73000 ਕਰੋੜ 73000 ਕਰੋੜ ਇੰਨੀ ਰਕਮ ਦੀਆਂ ਇੰਨੇ ਮੁੱਲ ਦੀਆਂ ਕਾਰਾਂ ਜਿਹੜੀਆਂ ਉਹ ਸਟਾਕ ਦੇ ਵਿੱਚ ਖੜਗੀਆਂ ਜਿਹਦੇ ਨਾਲ ਲਗਭਗ ਸਾਰੀਆਂ ਕਾਰ ਕੰਪਨੀਆਂ ਘਾਟੇ ਦੇ ਵਿੱਚ ਚੱਲ ਰਹੀਆਂ ਨੇ ਔਰ ਇਨ੍ਹਾਂ ਕਾਰਨਾਂ ਕਰਕੇ ਹੀ ਕਾਫੀ ਜ਼ਿਆਦਾ ਕਾਰਾਂ ਦੇ ਉੱਤੇ ਮੋਟਾ ਡਿਸਕਾਊਂਟ ਚੱਲ ਰਿਹਾ ਟਾਟਾ ਵਰਗੇ ਬ੍ਰਾਂਡ ਜਿਹੜੇ ਬਿਲਕੁਲ ਡਿਸਕਾਊਂਟ ਨਹੀਂ ਦਿੰਦੇ ਉਹ ਵੀ ਮੋਟਾ ਡਿਸਕਾਊਂਟ ਦੇ ਰਹੇ ਆ ਲਗਭਗ ਸਾਰੀਆਂ ਕਾਰ ਕੰਪਨੀਆਂ ਦੇ ਰਹੀਆਂ ਨੇ ਔਰ ਕੁਝ ਕੁ ਕਾਰ ਕੰਪਨੀਆਂ ਨਖਰਾ ਵੀ ਕਰ ਰਹੀਆਂ ਜਿਨ੍ਹਾਂ ਨੂੰ ਥੋੜਾ ਜਿਹਾ ਵਾ ਕਿ ਕੋਈ ਨਹੀਂ ਹਾਡਾ ਇੱਕ ਪ੍ਰੋਡਕਟ ਵਿਗ ਰਿਹਾ ਤੇ ਉਹਦੇ ਤੇ ਕਹਿ ਵੀ ਦਿੰਦੇ ਐਨਾਨਸ ਵੀ ਕਰ ਦਿੰਦੇ ਕਿ ਡਿਸਕਾਊਂਟ ਹੈਗਾ ਪਰ ਦਿੰਦੇ ਨਹੀਂ ਜਿਨ੍ਹਾਂ ਡੀਲਰਾਂ ਕੋਲ ਸਟਾਕ ਖੜਾ ਉਹ ਵਧੀਆ ਡਿਸਕਾਊਂਟ ਦਿੰਦੇ ਆ ਜਿਨ੍ਹਾਂ ਤੋਂ ਨਹੀਂ ਹੈ ਉਹ ਤੰਗ ਪਰੇਸ਼ਾਨ ਗਾਗ ਨੂੰ ਕਰ ਰਿਹਾ ਤੇ ਇਹਦੇ ਨਾਲ ਕੀ ਹੋਇਆ ਕਿ ਮਰੂਤੀ ਸੰਯੁਕੀ ਨੇ ਆਫੀਸ਼ੀਅਲੀ ਐਨਾਨਸ ਕੀਤਾ ਵਾ ਕਿ ਆਪਾਂ ਆਪਣੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਘਟਾਤੀ ਹੈ ਪਹਿਲਾਂ ਨਾਲੋਂ ਤਕਰੀਬਨ 7. ਸਮਥਿੰਗ ਪਰਸੈਂਟ ਜਿਹੜੇ ਆ ਉਹਨਾਂ ਨੇ ਪ੍ਰੋਡਕਸ਼ਨ ਘਟਾ ਦਿੱਤੀ ਹੈ ਜਿਹਦੇ ਨਾਲ ਕਿ ਸੇਲ ਔਰ ਪ੍ਰੋਡਕਸ਼ਨ ਦੋਨੇ ਬਰਾਬਰ ਹੋ ਸਕਣ ਜੜੀਆਂ ਗੱਡੀਆਂ ਯਾਰਡ ਦੇ ਵਿੱਚ ਖੜ ਜਾਂਦੀਆਂ ਖੁੱਲੇ ਕਦਮਾਂ ਦੇ ਵਿੱਚ ਖੜ ਜਾਂਦੀਆਂ ਉਹਨਾਂ ਨੂੰ ਫਿਰ ਪ੍ਰੋਬਲਮ ਕਾਫੀ ਜ਼ਿਆਦਾ ਆਉਣ ਲੱਗ ਜਾਂਦੀ ਹੈ ਰਸਟਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਬਰਸਾਤ ਦਾ ਟਾਈਮ ਚੱਲ ਰਿਹਾ ਸੋ ਮਰੂਤੀ ਦੀਆਂ ਹੋਰ 2-4 ਖਬਰਾਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਦੋਂ ਬਾਅਦ ਦੋਸਤੋ 500 ਨੈਕਸਾ ਦੇ ਆਊਟਲੈਟ ਜਿਹੜੇ ਆ ਉਹ ਮਰੂਤੀ ਦੇ ਖੁੱਲ ਚੁੱਕੇ ਆ ਆਲ ਇੰਡੀਆ ਦੇ ਵਿੱਚ ਜਿਹੜੇ 300 ਸ਼ਹਿਰਾਂ ਦੇ ਵਿੱਚ ਖੁੱਲੇ ਨੇ 500 ਵਾਲਾ ਜਿਹੜਾ ਉਹ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਓਪਨ ਕੀਤਾ ਹੈ ਹੁਣ ਮਰੂਤੀ ਸੋ ਕੀ ਨੈਕਸਾ ਸਟੂਡੀਓ ਆਊਟਲੈਟ ਜਿਹੜੇ ਆ ਉਹ ਲਾਂਚ ਕਰਨ ਜਾ ਰਹੀ ਹੈ ਛੋਟੇ ਸ਼ਹਿਰਾਂ ਦੇ ਵਿੱਚ ਜਿਹੜੇ ਛੋਟੇ ਸ਼ਹਿਰ ਨੇ ਜਿੱਥੇ ਨੈਕਸਾ ਦੇ ਆਊਟਲੈਟ ਨਹੀਂ ਹੈਗੇ ਉਹਦੇ ਵਿੱਚ ਨੈਕਸਾ ਸਟੂਡੀਓ ਦੇ ਨਾਂ ਤੇ ਨਵੇਂ ਆਊਟਲੈਟ ਜਿਹੜੇ ਉਹ ਮਰੂਤੀ ਲਾਂਚ ਕਰੇਗੀ ਅੱਗੇ ਮਰੂਤੀ ਹੋਰ ਵੱਡਾ ਕੰਮ ਕੀ ਕਰ ਰਹੀ ਹੈ ਮਰੂਤੀ ਨੇ ਇਹ ਚੀਜ਼ ਕਨਫਰਮ ਕਰ ਦਿੰਦੀ ਆ ਕਿ ਆਪਾਂ ਆਪਣੇ ਨਵੇਂ ਹਾਈਬ੍ਰਿਡ ਸਟਰੋਂਗ ਹਾਈਬ੍ਰਿਡ ਇੰਜਨ ਬਹੁਤ ਜਲਦੀ ਲਾਂਚ ਕਰਨ ਜਾ ਰਹੇ ਆ ਇਹ ਸਟਰੋਂਗ ਹਾਈਬ੍ਰਿਡ ਇੰਜਨ ਛੋਟੀਆਂ ਕਾਰਾਂ ਜਿਵੇਂ ਕਿ ਅਲਟੋ ਸਲੈਰੀਓ ਸੁਵਿਫਟ ਡਿਜ਼ਾਇਰ ਇਹਨਾਂ ਕਾਰਾਂ ਦੇ ਵਿੱਚ ਇਹ ਇੰਜਨ ਲਾਂਚ ਕੀਤੇ ਜਾਣਗੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਮਾਈਲੇਜ ਜਿਹੜੀ ਆ 30 ਪਲੱਸ ਦੇ ਕਰੀਬ ਹੋ ਜਾਏਗੀ ਬਿਨਾ ਸੀਐਨਜੀ ਤੋਂ ਦੂਜਾ ਕੀ ਆ ਕਿ ਮਰੂਤੀ ਨੇ ਆਪਣੀਆਂ ਦੋ ਕਾਰਾਂ ਅਲਟੋ ਔਰ ਐਸਪ੍ਰੈਸੋ ਇਹਨਾਂ ਦੇ ਵਿੱਚ ਸਟੈਂਡਰਡ ਈਐਸਪ ਇਲੈਕਟ੍ਰੋਨਿਕ ਸਟੈਬਿਲਿਟੀ ਕੰਟਰੋਲ ਸਿਸਟਮ ਜਿਹੜਾ ਉਹ ਲਾਂਚ ਕਰ ਦਿੱਤਾ ਹੈ ਤੇ ਜਿਹਦੇ ਨਾਲ ਇਦਾਂ ਦੀ ਸੇਲ ਦੇ ਵਿੱਚ ਵਾਧਾ ਹੋ ਸਕਦਾ ਸੇਫਟੀ ਜ਼ਿਆਦਾ ਮਿਲੂਗੀ ਬਾਕੀ ਰੇਟ ਇਹਨਾਂ ਨੇ ਬਿਲਕੁਲ ਨਹੀਂ ਵਧਾਇਆ ਪੁਰਾਣੇ ਰੇਟ ਦੇ ਵਿੱਚ ਹੀ ਤੁਹਾਨੂੰ ESP ਜਿਹੜਾ ਇਹ ਫੀਚਰ ਮਿਲੂਗਾ ਇੱਕ ਅੱਧਾ ਹੋਰ ਵੀ ਨਾਲ ਫੀਚਰ ਐਡ ਕੀਤਾ ਅੱਗੇ ਗੱਲ ਕਰ ਲਈਏ ਦੋਸਤੋ ਐਲਕਾਜ਼ਾਰ ਐਲਕਾਜ਼ਾਰ ਲਾਂਚ ਹੋਣ ਵਾਲੀ ਹੈ ਤੁਹਾਡੇ ਦਿਨਾਂ ਦੇ ਅੰਦਰ ਅੰਦਰ ਇਹਦੀ ਡੇਟ ਫਾਈਨਲ ਕੀਤੀ ਹੈ 9 ਸਤੰਬਰ ਨੂੰ ਲਾਂਚ ਹੋ ਜੇਗੀ ਫੇਸ ਲਿਫਟ ਆ ਰਿਹਾ ਨਵੀਂ ਜਨਰੇਸ਼ਨ ਨਹੀਂ ਹੈਗੀ फ्रंट रियर ਤੋਂ ਕੁਝ-ਕੁਝ ਚੇਂਜਸ ਕੀਤੇ ਗਏ ਇੰਟੀਰੀਅਰ ਦੇ ਵਿੱਚ ਬਦਲਾਅ ਕੀਤੇ ਗਏ ਅ ਇੰਜਨਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਇਹਦੇ ਨਾਲ ਦੇ ਨਾਲ ਇਹ ਵੀ ਤੁਹਾਨੂੰ ਗੱਲ ਦੱਸ ਦੇਣਾ ਕਿ ਹਲਕਾਜ਼ਾਰ ਦਾ ਕਾਫੀ ਜ਼ਿਆਦਾ ਸਟਾਕ ਜਿਹੜਾ ਹੈ ਉਹ ਡੀਲਰਾਂ ਦੇ ਕੋਲ ਖੜਾ ਹੈ ਇਸ ਟਾਈਮ ਵੀ ਪਹਿਲਾਂ ਵੀ ਹਲਕਾਜ਼ਾਰ ਇਸੇ ਕਰਕੇ ਇਹਨਾਂ ਨੇ ਡਿਲੇ ਕੀਤੀ ਕਿਉਂਕਿ ਡੀਲਰਾਂ ਕੋਲ ਸਟਾਕ ਕਲੀਅਰ ਨਹੀਂ ਹੋ ਰਿਹਾ ਪਰ ਗੱਡੀ ਲੇਟ ਹੋਈ ਜਾ ਰਹੀ ਹੁਣ ਇਹਨਾਂ ਨੇ ਫਾਈਨਲੀ ਲਾਂਚ ਤੇ ਕਰ ਦੇਣ ਲੱਗੇ ਆ ਪਰ ਹਜੇ ਵੀ ਡੀਲਰਾਂ ਕੋਲ ਸਟਾਕ ਖੜਾ ਹੈ ਜਿੱਤੇ ਤੇ ਤਕਰੀਬਨ 1.5 ਤੋਂ 2 ਲੱਖ ਰੁਪਏ ਦਾ ਡਿਸਕਾਊਂਟ ਚੱਲ ਰਿਹਾ ਜੇ ਗੱਡੀ ਖਰੀਦਣੀ ਹੈ ਤੇ ਇਹ ਤੁਹਾਡੇ ਕੋਲ ਸੁਨਹਿਰੀ ਮੌਕਾ ਇਹ ਫਾਇਦਾ ਲਓ ਕਿ ਨਵਾਂ ਫੇਸ ਲਿਫਟ ਆਉਣਾ ਦਾ ਰੇਟ ਵੱਧ ਕੇ ਆਉਣਾ ਤੇ ਪੁਰਾਣੇ ਦੇ ਰੇਟ ਦਾ ਇੱਕ ਰੇਟ ਵੀ ਘਟਿਆ ਹੋਣਾ ਦੂਜਾ ਉਹਦੇ ਤੇ ਡਿਸਕਾਊਂਟ ਵੀ ਤੁਹਾਨੂੰ ਮਿਲ ਜਣਾ ਸੋ ਇਸ ਚੀਜ਼ ਦਾ ਫਾਇਦਾ ਲਓ ਅੱਗੇ ਦੋਸਤੋ ਕੀਆ ਕਲੇਵਿਸ ਨਾਮ ਤੇ ਇੱਕ ਗੱਡੀ ਲਾਂਚ ਕਰਨ ਜਾ ਰਿਹਾ ਸੀ ਸੋ ਉਹਦਾ ਨਾਮ ਜਿਹੜਾ ਉਹ ਚੇਂਜ ਕਰਕੇ ਸਾਇਰਸ ਰੱਖ ਦਿੱਤਾ ਵਾ ਨਾਮ ਉਹਨਾਂ ਨੂੰ ਇੰਡੀਆ ਦੇ ਹਿਸਾਬ ਨਾਲ ਸੈਟ ਨਹੀਂ ਰੱਖਿਆ ਤਾਂ ਕਰਕੇ ਸਾਇਰਸ ਨਾਮ ਰੱਖ ਦਿੱਤਾ ਵਾ ਤੇ ਇਹ ਜਿਹੜੀ ਗੱਡੀ ਐ ਸੋਨੈਟ ਔਰ ਸੈਲਟਸ ਦੋਨਾਂ ਦੇ ਵਿਚਕਾਰ ਦਾ ਵੇਰੀਐਂਟ ਹੋਏਗਾ ਪੈਟਰੋਲ ਔਰ ਈਵੀ ਸੈਗਮੈਂਟ ਦੇ ਵਿੱਚ ਆਉਣਗੇ ਡੀਜ਼ਲ ਦੇ ਵਿੱਚ ਨਹੀਂ ਆਉਗੀ ਐਮਜੀ ਦੀ ਵਿੰਡਸਰ ਗੱਡੀ ਜਿਹੜੀ ਆ ਉਹ 11 ਸਪਟੰਬਰ ਨੂੰ ਅਨਵੀਲ ਕਰ ਦਿੱਤੀ ਜਾਊਗੀ ਉਸ ਤੋਂ ਬਾਅਦ ਬਹੁਤ ਜਲਦੀ ਲਾਂਚ ਵੀ ਕਰ ਦਿੱਤੀ ਜਾਏਗੀ ਸਕੋਡਾ ਦੀ ਇੱਕ ਨਵੀਂ ਸਬ ਕੰਪੈਕਟ ਐਸਯੂਵੀ ਜਿਹੜੀ ਆ ਉਹ ਲਾਂਚ ਹੋਣ ਵਾਲੀ ਹੈ ਜਿਹਦਾ ਕਿ ਨਾਮ ਇਹਨਾਂ ਨੇ 10 ਆਪਸ਼ਨਾਂ ਨਾਮ ਵੀ ਰੱਖਿਆ ਸੀ ਜਿਹਦੀ VOTING ਕਰਾਈ ਗਈ ਸਕੋਡਾ ਵੱਲੋਂ ਤੇ ਉਹਦੇ ਵਿੱਚ ਜਿਹੜਾ ਨਾਮ ਡਿਸਾਈਡ ਕੀਤਾ ਗਿਆ ਉਹ ਹੈਗਾ ਜੀ ਕਾਇਲਕ K Y L A K U ਕਾਇਲਕ ਨਾਮ ਇਹਨਾਂ ਨੇ ਡਿਸਾਈਡ ਕਰ ਲਿਆ ਫਾਈਨਲ ਕਰ ਦਿੱਤਾ ਕਾਇਲਕ ਨਾਮ ਇਹ ਹੋਏਗਾ ਸਕੋਡਾ ਦੀ ਜਿਹੜੀ ਨਵੀਂ ਕੰਪੈਕਟ SUV ਆਏਗੀ ਪੈਟਰੋਲ ਦੇ ਵਿੱਚ ਹੋਏ ਜੇ ਡੀਜ਼ਲ ਦੇ ਵਿੱਚ ਹੋ ਜੇ ਤੇ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਬਾਕੀ ਸਕੋਡਾ ਦੀਆਂ ਜਿੰਨੀਆਂ ਵੀ ਗੱਡੀਆਂ ਆ ਰਹੀਆਂ 5 ਸਟਾਰ NCAP ਰੇਟਿੰਗ ਦੇ ਨਾਲ ਆ ਰਹੀਆਂ ਨੇ ਤੇ ਮਾਈਲੇਜ ਵੀ ਹੁਣ ਵਧੀਆ ਹੋ ਗਈ ਆ ਅਗਲੀ ਗੱਲ ਕਰ ਲਈਏ ਤੇ ਡਿਸਕਾਊਂਟ ਦੀ ਗੱਲ ਕੀਤੀ ਸੀ ਡਿਸਕਾਊਂਟ ਦੀ ਕੁਸ਼ਕ ਲਿਸਟ ਆਈ ਹੈ ਸਿਰਫ ਟੋਇਟਾ ਵੱਲੋਂ ਲੈਜੈਂਡਰ ਦੇ ਉੱਤੇ 2 ਲੱਖ ਰੁਪਏ ਡਿਸਕਾਊਂਟ ਚੱਲ ਰਿਹਾ ਹਾਈਲਕਸ ਦੇ ਉੱਤੇ 5 ਲੱਖ ਰੁਪਏ ਡਿਸਕਾਊਂਟ ਚੱਲ ਰਿਹਾ ਗਲੈਂਜ਼ਾ ਦੇ ਉੱਤੇ 68000 ਟਾਈਜ਼ਰ ਦੇ ਉੱਤੇ 65000 ਡਿਸਕਾਊਂਟ ਚੱਲ ਰਿਹਾ ਤੇ ਹਾਈਲਕਸ ਦੇ ਉੱਤੇ 10 ਲੱਖ ਰੁਪਏ ਤੱਕ ਵੀ ਮਿਲ ਜੂਗਾ ਬਾਕੀ ਡੀਲਰ ਦੇਖਣੇ ਪੈਣੇ ਆ ਹੁਣ ਜਿਹੜੇ ਡੀਲਰਾਂ ਕੋਲ ਸਟਾਕ ਹਾਈਲਕਸ ਦਾ ਪੰਜਾਬ ਦੇ ਵਿੱਚ ਬਹੁਤ ਘੱਟ ਖੜਾ ਵਾ ਹੋਰ ਸਾਈਟਾਂ ਦੇ ਵਿੱਚ ਜ਼ਿਆਦਾ ਹਾਈਲਕਸ ਵਿਕ ਰਹੀ ਆ ਮਰੂਤੀ ਸੁਯੋਕੀ ਦੀ EVX EV ਕਾਰ ਜਿਹੜੀ ਆ SUV ਸੈਗਮੈਂਟ ਦੇ ਵਿੱਚ ਲਾਂਚ ਹੋ ਰਹੀ ਆ ਬੜੇ ਲੰਬੇ ਸਮੇਂ ਤੋਂ ਦੀਗ ਰਹੇ ਆ ਕਦੋਂ ਲਾਂਚ ਹੋਏਗੀ ਸੋ ਫਾਈਨਲੀ ਜਨਵਰੀ 2025 ਦੇ ਵਿੱਚ ਲਾਂਚ ਹੋਣ ਜਾ ਰਹੀ ਆ ਡਿਲੇ ਕੀਤਾ ਸੀ ਪਹਿਲਾਂ ਇਹਨਾਂ ਨੇ 25 ਦੇ ਵਿੱਚ ਘਾਰ ਜਾ ਕੇ ਆਊਗੀ ਪਰ ਹੁਣ ਕਨਫਰਮ ਕਰ ਦਿੱਤਾ ਕਿ ਜਨਵਰੀ 25 ਨੂੰ ਲਾਂਚ ਹੋ ਜੇਗੀ ਔਰ ਇਹਦੇ ਨਾਲ ਦੀ ਨਾਲ ਟੋਇਟਾ EVX ਜਿਹੜੀ ਆ ਟੋਇਟਾ ਦੇ ਵਿੱਚ ਵੀ ਆਊਗੀ ਬਣਾਉਣ ਨੂੰ ਮਰੂਤੀ ਤੋਂ ਕੀ ਰਿਹਾ ਟੋਇਟਾ ਦੇ ਵਿੱਚ ਵੀ ਲਾਂਚ ਹੋਏਗੀ ਜਦੋਂ EVX ਮਰੂਤੀ ਲਾਂਚ ਕਰੇਗੀ ਉਹਦੇ ਚੰਦ ਦਿਨਾਂ ਬਾਅਦ ਟੋਇਟਾ ਲਾਂਚ ਕਰ ਦਊਗੀ ਕਿਉਂਕਿ ਇਹਨਾਂ ਦਾ ਜਿੱਦਾਂ ਸਮਝੌਤਾ ਚੱਲ ਰਿਹਾ ਉਸ ਤਰੀਕੇ ਨਾਲ ਗੱਡੀਆਂ ਇੱਕ ਦੂਜੇ ਦੀਆਂ ਲਈ ਹਲੂਕੇ ਲਾਂਚ ਕਰਦੇ ਆ Carve EV ਲਾਂਚ ਹੋਈ ਬਹੁਤ ਸੋਹਣੀ ਲੁੱਕ ਦੇ ਨਾਲ ਆਈ ਕੰਪਨੀ ਨੇ ਕੋਸ਼ਿਸ਼ ਕੀਤੀ ਚੰਗਾ ਪੈਕੇਜ ਦੇਣ ਦੀ ਹੁਣ ਇਹਦੇ ਨਾਲ ਨੁਕਸਾਨ ਜਿਹੜਾ ਹੋਰ ਕੰਪਨੀਆਂ ਨੂੰ ਹੋਣਾ ਚਾਹੀਦਾ ਸੀ ਪਰ ਐਦਾਂ ਨਹੀਂ ਹੋਇਆ ਸਭ ਤੋਂ ਵੱਡਾ ਨੁਕਸਾਨ Carve ਲਾਂਚ ਹੋਣ ਦਾ Tata ਨੂੰ ਹੀ ਹੋਇਆ ਏ ਉਹਦਾ ਕਾਰਨ ਕੀ ਹੈ ਕੀ ਟਾਟਾ ਨੈਕਸਨ ਜਿਹੜੀ ਕਾਫੀ ਲੋਕਾਂ ਨੇ ਈਵੀ ਦੇ ਵਿੱਚ ਬੁੱਕ ਕਰਾਈ ਸੀ ਉਹ ਲਗਭਗ ਵੱਡੀ ਮਾਤਰਾ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਬੁਕਿੰਗਾਂ ਕੈਨਸਲ ਹੋ ਕੇ ਸਾਰੀਆਂ ਬੁਕਿੰਗਾਂ ਕਰਵ ਵੱਲ ਮੂਵ ਕਰ ਗਈਆਂ ਨੇ ਜਿਨ੍ਹਾਂ ਲੋਕਾਂ ਨੇ ਨੈਕਸਨ ਖਰੀਦਣੀ ਸੀ ਉਹ ਵੀ ਹੁਣ ਕਰਵ ਦੀ ਵੇਟ ਕਰ ਰਹੇ ਆ ਕਿ ਕਰਵ ਆਏਗੀ ਜਾਂ ਈਵੀ ਪੈਟਰੋਲ ਡੀਜ਼ਲ ਜਿਹਦੇ ਵਿੱਚ ਵੀ ਲੋਕਾਂ ਨੇ ਲੈਣੀਆਂ ਹੈਗੀਆਂ ਉਹ ਨੈਕਸਨ ਨੂੰ ਛੱਡ ਕੇ ਕਰਵ ਲੋਗ ਬੁੱਕ ਕਰਾ ਰਹੇ ਆ ਤੇ ਅੱਗੇ ਜਾ ਕੇ ਨੈਕਸਨ ਦੀ ਸੇਲ ਬਹੁਤ ਜ਼ਿਆਦਾ ਘਟ ਸਕਦੀ ਹੈ ਤੇ ਕਰਵ ਦੀ ਸੇਲ ਵਧਣ ਦੇ ਪੂਰੇ ਪੂਰੇ ਚਾਂਸਸ ਹੈਗੇ ਆ ਉਮੀਦ ਕੀਤੀ ਜਾ ਰਹੀ ਹੈ ਕਿ ਨੈਕਸਨ ਦੀ EV ਦੇ ਵਿੱਚ ਰੇਟ ਦੇ ਵਿੱਚ ਹੋਰ ਕਟੌਤੀ ਹੋ ਸਕਦੀ ਹੈ। ਨੈਕਸਨ ਬਹੁਤ ਜਲਦੀ CNG ਦੇ ਵਿੱਚ ਵੀ ਲਾਂਚ ਹੋਣ ਜਾ ਰਹੀ ਹੈ। ਸਤੰਬਰ ਦੇ ਵਿੱਚ ਆਸ ਹੈ ਇਹਨਾਂ ਦੀ CNG ਦੇ ਵਿੱਚ ਲਾਂਚ ਹੋਣ ਦੀ ਔਰ CNG ਪਹਿਲੀ ਹੋਏਗੀ ਜਿਹੜੇ CNG ਦੇ ਵਿੱਚ ਟਰਬੋ ਵੀ ਲੱਗਿਆ ਹੋਊਗਾ ਔਰ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਵੀ ਆਊਗੀ ਔਰ ਬੂਟ ਸਪੇਸ ਵੀ ਮਿਲੇਗੀ। ਦੋਸਤੋ ਸਿਟਰਨ ਇੰਡੀਆ ਦੇ ਵਿੱਚ ਕੋਸ਼ਿਸ਼ ਕਰ ਰਿਹਾ ਵਧੀਆ ਪ੍ਰੋਡਕਟ ਲਾਂਚ ਕਰਨ ਦੀ ਹਾਲਾਂਕਿ ਹਜੇ ਤੱਕ ਕਾਮਯਾਬ ਨਹੀਂ ਹੋ ਪਾਰਿਆ ਉੱਥੇ ਆਸਟ੍ਰੇਲੀਆ ਦੇ ਵਿੱਚ ਤਕਰੀਬਨ ਪਿਛੇ 100 ਸਾਲ ਤੋਂ ਸਿਟਰਨ ਆਪਣੀਆਂ ਗੱਡੀਆਂ ਸੇਲ ਕਰ ਰਿਹਾ ਪਰ ਮਾੜੀ ਖਬਰ ਹੈ ਵਾ ਕਿ ਸਿਟਰਨ ਨੇ ਆਸਟ੍ਰੇਲੀਆ ਦੇ ਵਿੱਚ ਆਪਣਾ ਕੰਮ ਕਰਤਾ ਬੰਦ ਆਸਟ੍ਰੇਲੀਆ ਦੇ ਵਿੱਚ ਹੁਣ ਸਿਟਰਨ ਵਾਲੇ ਆਪਣੀਆਂ ਗੱਡੀਆਂ ਨਹੀਂ ਸੇਲ ਕਰਨਗੇ ਉਹਦਾ ਵੱਡਾ ਕਾਰਨ ਕੀ ਆ ਕਿ ਇੱਕ ਰਿਪੋਰਟ ਨਿਕਲ ਕੇ ਆਈ ਕਿ ਫਰਾਰੀ ਜਿਹੜੀ ਗੱਡੀ ਬਹੁਤ ਜ਼ਿਆਦਾ ਮਹਿੰਗੀ ਆ ਪਰ ਫਰਾਰੀ ਵੀ ਸਿਟਰਨ ਦੇ ਨਾਲੋਂ ਆਸਟ੍ਰੇਲੀਆ ਦੇ ਵਿੱਚ ਵੱਧ ਸੇਲ ਹੋਈ ਆ ਔਰ ਸਿਟਰਨ ਕਿੰਨੀ ਸੇਲ ਹੋਈ ਆ 6 ਮਹੀਨਿਆਂ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਸਿਰਫ 87 ਕਾਰਾਂ 87 ਕਾਰਸ ਸੇਲ ਹੋਈਆਂ ਪੂਰੇ ਆਸਟ੍ਰੇਲੀਆ ਦੇ ਵਿੱਚ ਇਦੂੰ ਵੱਡੀ ਮੰਤਪਾਗੀ ਖਬਰ ਜਿਹੜੀ ਆ ਉਹ ਸਿੱਟਰਨ ਦੇ ਵਾਸਤੇ ਨਹੀਂ ਹੋ ਸਕਦੀ 100 ਸਾਲ ਪੁਰਾਣੀ ਕੰਪਨੀ ਹੋਏ ਤੇ ਹਜੇ ਵੀ ਆਸਟ੍ਰੇਲੀਅਨ ਲੋਕਾਂ ਦੇ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਪਾਈ ਔਰ ਮੈਨੂੰ ਨਹੀਂ ਲੱਗਦਾ ਜੇ ਆਸਟ੍ਰੇਲੀਆ 'ਚ ਕਾਮਯਾਬ ਨਹੀਂ ਹੋਈ ਤੇ ਇੰਡੀਆ ਦੇ ਵਿੱਚ ਵੀ ਕਾਮਯਾਬ ਨਹੀਂ ਹੋ ਸਕਦੀ ਬਾਕੀ ਚਲੋ ਆਉਂਦਾ ਸਮਾਂ ਦੱਸੇਗਾ ਅੱਗੇ ਗੱਲ ਕਰ ਲਈਏ ਆਉਡੀ Q8 ਇੰਡੀਆ ਦੇ ਵਿੱਚ ਲਾਂਚ ਕਰ ਦਿੱਤੀ ਗਈ ਹੈ 1 ਕਰੋੜ 17 ਲੱਖ 45 ਹਜ਼ਾਰ ਰੁਪਏ ਦੇ ਵਿੱਚ ਲਾਂਚ ਕੀਤੀ ਗਈ ਹੈ 3 ਲੀਟਰ V6 ਪੈਟਰੋਲ ਇੰਜਨ ਆਊਗਾ ਜਿਹੜਾ 340 BHP ਪਾਵਰ ਦੇਊਗਾ 500 ਨਿਊਟਨ ਮੀਟਰ ਟਾਰਕ ਦੇਊਗਾ 4 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਆਏਗਾ 올 व्हील ਡਰਾਈਵ ਦੇ ਵਿੱਚ ਹੋਊਗੀ ਔਰ ਇਹ ਮਾਈਲਡ ਹਾਈਬ੍ਰਿਡ ਟੈਕਨੋਲੋਜੀ ਦੇ ਨਾਲ ਆਊਗਾ ਜਿਹੜਾ 48 ਵਾਟ ਮੋਟਰ ਸੈਟਅਪ ਇਹਦੇ ਵਿੱਚ ਲੱਗਿਆ ਹੋਇਆ ਹੈ 0 ਤੋਂ 100 5 6 ਸੈਕਿੰਡ ਦੇ ਵਿੱਚ ਚੱਲ ਜਾਇਆ ਕਰੂਗੀ ਔਰ 250 ਦੀ ਇਹਦੀ ਟਾਪ ਸਪੀਡ ਹੋਊਗੀ ਕਾਫੀ ਜ਼ਿਆਦਾ ਪਾਵਰਫੁਲ ਜਿਹੜੀ ਆ ਆਡੀ Q8 ਲਾਂਚ ਹੋਗੀ ਇੰਡੀਆ ਦੇ ਵਿੱਚ ਅੱਗੇ ਦੋਸਤੋ BYD ਦੀ Auto 3 ਜਿਹੜੀ ਹੈ ਉਹ ਇੱਕ ਨਵੇਂ ਵੇਰੀਐਂਟ ਦੇ ਨਾਲ ਲਾਂਚ ਹੋਈ ਹੈ ਡਾਇਨਾਮਿਕ ਨਾਮ ਹੈ ਦਾ ਔਰ ਇਹ ਜਿਹੜਾ ਵੀਰੀਐਂਟ ਹੈ ਕਾਫੀ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਲਾਂਚ ਕੀਤਾ ਗਿਆ 25 ਲੱਖ ਰੁਪਏ ਅ ਸ਼ੋਰੂਮ ਪ੍ਰਾਈਸ ਦੇ ਵਿੱਚ ਲਾਂਚ ਕੀਤਾ ਗਿਆ ਔਰ ਪਹਿਲੇ ਦਿਨ ਹੀ ਇਹਦੀਆਂ 600 ਬੁਕਿੰਗਾਂ ਹੋ ਚੁੱਕੀਆਂ ਨੇ ਤੇ ਉਮੀਦ ਹੈ ਸ਼ਾਇਦ ਕਿਤੇ ਵਧੀਆ ਇਹਦੀ ਸੇਲ ਹੋ ਜਾਏ ਪਹਿਲਾਂ ਬੀਵਾਈਡੀ ਦੀ ਕੋਈ ਬਹੁਤੀ ਵਧੀਆ ਸੇਲ ਨਹੀਂ ਹੋ ਰਹੀ ਸੋ ਦੋਸਤੋ ਇਹ ਸੀਗੀ ਸਾਰੀ ਗੱਲਬਾਤ ਆਟੋ ਨਿਊਜ਼ ਤੇ ਮਿਲਦੇ ਆ ਜੀ ਫੇਰ ਨਵੀਂ ਵੀਡੀਓ ਦੇ ਨਾਲ ਨਵੇਂ ਮੁੱਦਿਆਂ ਦੇ ਨਾਲ ਧੰਨਵਾਦ